ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹੁਣ ਕਿਸਾਨਾਂ ਨੇ ਵੀ ਪੂਰੀਆਂ ਤਿਆਰੀਆਂ ਖਿੱਚ ਲਈਆਂ ਨੇ। ਹੁਣ ਕਿਸਾਨਾਂ ਨੇ ਆਪਣੇ ਘਰਾਂ ਤੋਂ ਟਰੈਕਟਰਾਂ ਮਗਰ ਪੈਣ ਵਾਲੇ ਸਪਰੇ ਪੰਪ ਜੋ ਦਵਾਈ ਛਿੜਕਣ ਦੇ ਲਈ ਹੁੰਦੇ ਨੇ ਉਹ ਬਾਰਡਰ 'ਤੇ ਮੰਗਾ ਲਏ ਨੇ। ਹੁਣ ਕਿਸਾਨ ਵੀ ਪੁਲਿਸ ਪ੍ਰਸ਼ਾਸਨ ਦੇ ਉੱਤੇ ਹਰਿਆਣਾ ਪੁਲਿਸ ਦੇ ਉੱਤੇ ਪਾਣੀ ਦੀਆਂ ਬੁਛਾੜਾਂ ਮਾਰਨਗੇ। ਜਿਵੇਂ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਉੱਪਰ ਪਾਣੀ ਛੱਡਿਆ ਜਾਂਦਾ, ਕੈਮੀਕਲ ਭਰਿਆ ਪਾਣੀ ਛੱਡਿਆ ਜਾਂਦਾ, ਤਾਂ ਉਸ ਨਾਲ ਕਿਸਾਨਾਂ ਨੂੰ ਕਾਫ਼ੀ ਨੁਕਸਾਨ ਹੋਇਆ ਕੱਲ੍ਹ ਦੇ ਦਿਨ ਵੀ ਅਤੇ ਅੱਜ ਦੇ ਦਿਨ ਵੀ। ਹੁਣ ਕਿਸਾਨਾਂ ਨੇ ਵੀ ਉਹੀ ਤਰੀਕਾ ਅਪਣਾਇਆ, ਹੁਣ ਕਿਸਾਨਾਂ ਨੇ ਆਪਣੇ ਘਰਾਂ ਤੋਂ ਸਪਰੇ ਪੰਪ ਲੈ ਆਉਂਦੇ ਨੇ ਅਤੇ ਹੁਣ ਕਿਸਾਨ ਵੀ ਪੁਲਿਸ ਪ੍ਰਸ਼ਾਸਨ ਦੇ ਉੱਤੇ ਪਾਣੀ ਦੀਆਂ ਬੁਛਾੜਾਂ ਛੱਡਣਗੇ। ਅਤੇ ਨਾਲ ਹੀ ਕਿਸਾਨਾਂ ਵੱਲੋਂ ਇਹ ਵੀ ਬਿਆਨ ਦਿੱਤਾ ਗਿਆ ਕਿ ਉਹਨਾਂ ਨੇ ਵੀ ਇੱਕ ਇਸ ਦੇ ਵਿੱਚ ਕੈਮੀਕਲ ਮਿਲਾਇਆ ਹੈ ਜਿਸ ਨਾਲ ਪੁਲਿਸ ਪ੍ਰਸ਼ਾਸਨ ਨੂੰ ਨੁਕਸਾਨ ਹੋਵੇਗਾ ਅਤੇ ਉਹ ਪਿੱਛੇ ਹਟ ਜਾਣਗੇ। ਉਹਨਾਂ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਇਸ ਵਿੱਚ ਕੀ ਮਿਲਾਇਆ ਗਿਆ ਹੈ, ਤਾਂ ਆਓ ਤੁਹਾਨੂੰ ਦਿਖਾਉਂਦੇ ਹਾਂ ਉਹ ਵੀਡੀਓ ਜਿੱਥੇ ਕਿਸਾਨਾਂ ਵੱਲੋਂ ਇਹ ਬਿਆਨ ਦਿੱਤੇ ਗਏ ਨੇ। ਅੰਮ੍ਰਿਤਸਰ ਜ਼ਿਲ੍ਹਾ ਜੀ, ਮਾਝੇ ਤੋਂ ਜੀ। ਜੀ, ਸਰਕਾਰ ਨੇ ਕੋਈ ਕਸਰ ਨਹੀਂ ਛੱਡੀ ਜੀ, ਗੋਲੀ ਦੇ ਉੱਤੇ ਕੋਈ ਗੱਲ ਨਹੀਂ ਹੁੰਦੀ ਜੀ। ਹਾਂ, ਅਤੇ ਫੈਰ ਵੀ ਹੋਏ ਆ ਜੀ। ਜੀ, ਇਹ ਰਬੜ ਦੇ ਬੁੱਢੇ ਚੱਲਣੇ ਚੱਲਣੇ ਦੂਜੇ ਫੈਰ ਵੀ ਕੀਤੇ ਗਏ ਆ ਜੀ। ਜੀ, ਸੋ ਉਹਦਾ ਪ੍ਰਬੰਧ ਕਿਸਾਨਾਂ ਕੋਲ ਨਹੀਂ, ਤੁਹਾਨੂੰ ਪਤਾ ਫਿਰ ਬਦਲ ਤਾਂ ਸਾਡੇ ਕੋਲ ਹੈਗਾ ਹੀ ਆ ਜੀ। ਫਿਰ ਜੀ, ਅਤੇ ਉਹਦੇ ਬਦਲ ਵਜੋਂ ਸਾਡੇ ਭਰਾ ਲੈ ਕੇ ਆਏ ਨੇ ਪੰਪ ਜੀ। ਜੀ, ਜਿਹਦਾ ਆਪਾਂ ਖੇਤਾਂ 'ਚ ਅਕਸਰ ਆਪਾਂ ਇਹਨੂੰ ਵਰਤਦੇ ਹਾਂ ਜੀ। ਹੁਣ ਇਹਦੀ ਵਰਤੋਂ ਫਿਰ ਅਗਾਂਹ ਬਾਰਡਰ ਲੰਘਣ ਲਈ ਹੋਏਗੀ ਜੀ। ਇਹਦੇ ਤੁਸੀਂ ਕੀ ਪਾਇਆ ਵਾ ਕੋਈ ਕੈਮੀਕਲ? ਇਹ ਮੌਕੇ 'ਤੇ ਦੱਸਣਾ ਜਦੋਂ ਉਹਨਾਂ ਨੇ ਮੂੰਹ ਮਾਂ ਮਲੇ ਨਾ, ਜਿੱਦਾਂ ਸਾਡੇ 'ਤੇ ਉਹਨਾਂ ਕੋਈ ਛੱਡਿਆ ਨਹੀਂ। ਜਿਹੜੀ ਹਰੀ ਕ੍ਰਾਂਤੀ ਦੀ ਗੱਲ ਕਰਦੇ, ਜੋ ਸਾਨੂੰ ਇਹਨੇ ਜ਼ਹਿਰਾਂ ਥੋਪੀਆਂ, ਮੁੜ ਕੇ ਸਾਡੇ ਨਾਲ ਲਾਏ ਇਹਨਾਂ ਨੇ ਜੀ। ਹੁਣ ਅੱਜ ਉਹ ਜਿਹੜਾ ਪਾਣੀ ਇਹ ਸਾਡੇ 'ਤੇ ਸੁੱਟ ਰਹੇ ਆ ਜੀ, ਜੀ ਉਹਦੇ ਵਿੱਚ ਕੋਈ ਕਮੀ ਨਹੀਂ ਨਾ ਛੱਡੀ, ਜ਼ਹਿਰੀਲੀ ਤੋਂ ਜ਼ਹਿਰੀਲੀ ਚੀਜ਼ ਪਾਈ, ਗੰਦੇ ਤੋਂ ਗੰਦਾ ਪਾਣੀ ਪਾਇਆ ਗਿਆ ਜੀ, ਲਾਲ ਮਿਰਚਾਂ ਤੱਕ ਘੋਲੀਆਂ ਗਈਆਂ ਜੀ। ਪਰ ਉਹਦਾ ਹੁਣ ਜਿਹੜਾ ਜਵਾਬ ਆ, ਅਸੀਂ ਇੱਟ ਦਾ ਜਵਾਬ ਜਿਹੜਾ ਪੱਤਰ ਦੇਣ ਨੂੰ ਆਪਾਂ ਤਿਆਰ ਖੜੇ ਆ ਜੀ। ਜੀ ਜੀ ਜੀ, ਸੋ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਜਦੋਂ ਸਾਨੂੰ ਸ਼ੰਭੂ ਬੈਰੀਅਰ ਤੋਂ ਤਸਵੀਰਾਂ ਦੇਖੀਆਂ ਕਿ ਨੀਲੇ ਰੰਗ ਦਾ ਪਾਣੀ ਅਤੇ ਗੁਲਾਬੀ ਰੰਗ ਦਾ ਪਾਣੀ ਸ਼ੰਭੂ ਬੈਰੀਅਰ ਦੇ ਰੱਖਿਆ ਗਿਆ। ਸੋ ਕਿਸਾਨਾਂ ਨੇ ਇੱਧਰ ਖਨੌਰੀ ਬਾਰਡਰ ਤੋਂ ਉੱਥੋਂ ਸਿੱਖ ਕੇ ਜਾਂ ਇੱਥੋਂ ਜਿਹੜੇ ਕੱਲ੍ਹ ਜਿਹੜੀ ਰਬੜ ਬੁਲਟਸ ਚੱਲੀਆਂ ਗੀਆਂ ਜਾਂ ਆਪਾਂ ਕਹਿ ਦਈਏ ਟੀਅਰ ਗੈਸ ਚੱਲਿਆ, ਤਾਂ ਕਿਸਾਨਾਂ ਨੇ ਵੀ ਆਪਦੀ ਇੱਕ ਤਿਆਰੀ ਕਰ ਰਹੀ ਹੈ। ਕਿਸਾਨ ਕਹਿੰਦੇ ਮੌਕੇ 'ਤੇ ਹੀ ਦੱਸਾਂਗੇ ਵੀ ਅਸੀਂ ਕਿਹੜੀ ਤਿਆਰੀ ਕਰੀ ਹੈ ਜਾਂ ਕਿਹੜਾ ਕੈਮੀਕਲ ਇਹਦੇ 'ਚ ਪਾਇਆ ਗਿਆ।